ਤਾਂ ਜ਼ਰੂਰ ਇੱਥੇ ਆਓ, ਕਿਉਂਕਿ ਅੱਜ ਇਹ ਭਰਾ ਇੱਥੇ ਬੈਠੇ ਨੇ, ਕੱਲ੍ਹ ਨੂੰ ਸਾਡਿਆਂ 'ਚੋਂ ਹੋਰ ਕੋਈ ਵੀ ਆ ਕੇ ਬਹਿ ਸਕਦਾ ਵਾ, ਕਿਉਂਕਿ ਘਰ ਦੇ ਹਾਲਾਤ ਸਾਰਿਆਂ ਨੇ ਚੇਂਜ ਕਰਨੇ ਨੇ, ਮਿਹਨਤ ਸਾਰੇ ਕਰ ਰਹੇ ਨੇ। 1,30,000 ਬੰਦੇ ਦਾ ਵਰਕ ਪਰਮਿਟ ਆ ਜਿਹੜਾ ਕੈਨੇਡਾ ਦੇ ਵਿੱਚ ਐਕਸਪਾਇਰ ਹੋ ਰਿਹਾ ਆ, ਅਤੇ ਉਹ ਬੰਦੇ ਰਿਫਿਊਜੀ ਬਣ ਰਹੇ ਆ, ਉਹ ਡੌਂਕੀਆਂ ਲਾਉਣ ਲਈ ਮਜਬੂਰ ਵਾ, ਉਹ ਡਿਪਰੈਸ਼ਨ ਦੇ ਵਿੱਚ ਵਾ, ਉਹ ਮਰ ਰਹੇ ਆ। ਅਸੀਂ ਉਹਨਾਂ ਨੂੰ ਉਹ ਬੰਦੇ ਜਿਹੜੇ ਰਿਫਿਊਜੀ ਨਹੀਂ ਬਣਨਾ ਚਾਹੁੰਦੇ ਜਾਂ LMI ਦੇ ਨਹੀਂ ਲੈਣੀਆਂ ਚਾਹੁੰਦੇ, ਉਹ ਸਟੱਡੀ ਪੂਰੀ ਹੋ ਗਈ, ਉਹਨਾਂ ਦੇ ਐਕਸਪੀਰੀਅੰਸ ਪੂਰੇ ਆ, ਉਹ ਬੇਨਤੀ ਕਰ ਰਹੇ ਆ ਕਿ ਸਾਨੂੰ ਜਿਹੜੀ ਐਕਸਟੈਂਸ਼ਨ ਦਿੱਤੀ ਜਾਵੇ 2 ਸਾਲ ਦੀ, ਤਾਂ ਕਿ ਅਸੀਂ PR ਦੀਆਂ ਫਾਈਲਾਂ ਜਿਹੜੀਆਂ ਸਾਡੀਆਂ ਚੱਲ ਰਹੀਆਂ ਉਹਦੇ ਲਈ ਸਾਨੂੰ ਸਮਾਂ ਮਿਲ ਸਕੇ, ਅਤੇ ਜਿਹੜਾ ਸਾਨੂੰ ਜਿਹੜਾ ਫੇਰ PR ਪਾਥਵੇ ਸੀ ਜਿਹੜੇ ਜਿੱਦਾਂ ਚੱਲਦੇ ਸੀਗੇ ਪਹਿਲਾਂ ਡਰਾਅ ਆਉਂਦੇ ਸੀਗੇ ਉਹ ਆਉਣ, ਅਤੇ ਜਿਹੜੇ ਨਵੇਂ ਡਰਾਅ ਆ ਉਹ ਕੱਢੇ ਜਾਣ, ਅਤੇ ਜਿਹੜੇ ਸਟੂਡੈਂਟ ਪੜ੍ਹ ਵੀ ਰਹੇ ਆ ਉਹਨਾਂ ਨੂੰ ਵੀ ਜਿਹੜਾ 5-5 ਸਾਲ ਦਾ ਵਰਕ ਪਰਮਿਟ ਦਿੱਤਾ ਜਾਵੇ, ਅਤੇ LMIA ਦੇ ਨਾਂ ਦੇ ਉੱਤੇ ਉਹਦੀ ਲੁੱਟ ਬੰਦ ਕੀਤੀ ਜਾਵੇ। ਇਹਨਾਂ 4 ਡਿਮਾਂਡਾਂ ਨੂੰ ਲੈ ਕੇ ਜਿਹੜਾ ਅਸੀਂ ਪਿਛਲਾ ਧਰਨਾ ਚਲਾ ਰਹੇ ਹਾਂ। ਮੈਂ ਆਇਆ ਜੀ ਇੱਥੇ ਅੱਜ ਇੰਡੀਆ ਤੋਂ ਸਪੈਸ਼ਲ 5 ਘੰਟਿਆਂ ਵਾਸਤੇ, ਅਤੇ ਮੈਂ ਤਾਂ ਕੋਸ਼ਿਸ਼ ਅਤੇ ਉਮੀਦ ਹੀ ਕਰ ਸਕਦਾ, ਤੁਹਾਨੂੰ ਰਿਕੁਐਸਟ ਕਰ ਸਕਦਾ ਸਾਰਿਆਂ ਨੂੰ, ਕਿਉਂਕਿ ਕਹਿੰਦੇ ਰਿਕੁਐਸਟ ਕਈ ਵਾਰ ਪ੍ਰਵਾਨ ਹੋ ਜਾਂਦੀ ਆ, ਤੁਸੀਂ ਜਿਹੜੇ ਇੱਥੇ ਰਹਿੰਦੇ ਹੋ ਜਾਂ ਤੁਸੀਂ ਕਿਸੇ ਵੀ ਤਰੀਕੇ ਨਾਲ ਇਹਨਾਂ ਦੀ ਹੈਲਪ ਕਰ ਸਕਦੇ ਹੋ ਜਾਂ ਤੁਹਾਡੀ ਕੋਈ ਕਿਤੇ ਸੁਣਵਾਈ ਆ ਜਾਂ ਜਿਹਦੇ ਥਰੂ ਤੁਸੀਂ ਇਹਨਾਂ ਦਾ ਸੁਨੇਹਾ ਸਰਕਾਰ ਤੱਕ ਜਾਂ ਜਿਹੜੇ ਓਫੀਸ਼ੀਅਲਸ ਨੇ ਉਹਨਾਂ ਤੱਕ ਪਹੁੰਚਾ ਸਕਦੇ ਹੋ, ਤਾਂ ਜ਼ਰੂਰ ਇੱਥੇ ਆਓ, ਕਿਉਂਕਿ ਅੱਜ ਇਹ ਭਰਾ ਇੱਥੇ ਬੈਠੇ ਨੇ, ਕੱਲ੍ਹ ਨੂੰ ਸਾਡਿਆਂ 'ਚੋਂ ਹੋਰ ਕੋਈ ਵੀ ਆ ਕੇ ਬਹਿ ਸਕਦਾ ਵਾ, ਕਿਉਂਕਿ ਘਰ ਦੇ ਹਾਲਾਤ ਸਾਰਿਆਂ ਨੇ ਚੇਂਜ ਕਰਨੇ ਨੇ, ਮਿਹਨਤ ਸਾਰੇ ਕਰ ਰਹੇ ਨੇ, ਤਾਂ ਜ਼ਰੂਰ ਇੱਥੇ ਆਓ, ਕਿਉਂਕਿ ਅੱਜ ਇਹ ਭਰਾ ਇੱਥੇ ਬੈਠੇ ਨੇ, ਕੱਲ੍ਹ ਨੂੰ ਸਾਡਿਆਂ 'ਚੋਂ ਹੋਰ ਕੋਈ ਵੀ ਆ ਕੇ ਬਹਿ ਸਕਦਾ ਵਾ, ਕਿਉਂਕਿ ਘਰ ਦੇ ਹਾਲਾਤ ਸਾਰਿਆਂ ਨੇ ਚੇਂਜ ਕਰਨੇ ਨੇ, ਮਿਹਨਤ ਸਾਰੇ ਕਰ ਰਹੇ ਨੇ। 1,30,000 ਬੰਦੇ ਦਾ ਵਰਕ ਪਰਮਿਟ ਆ ਜਿਹੜਾ ਕੈਨੇਡਾ ਦੇ ਵਿੱਚ ਐਕਸਪਾਇਰ ਹੋ ਰਿਹਾ ਆ, ਅਤੇ ਉਹ ਬੰਦੇ ਰਿਫਿਊਜੀ ਬਣ ਰਹੇ ਆ, ਉਹ ਡੌਂਕੀਆਂ ਲਾਉਣ ਲਈ ਮਜਬੂਰ ਵਾ, ਉਹ ਡਿਪਰੈਸ਼ਨ ਦੇ ਵਿੱਚ ਵਾ, ਉਹ ਮਰ ਰਹੇ ਆ। ਅਸੀਂ ਉਹਨਾਂ ਨੂੰ ਉਹ ਬੰਦੇ ਜਿਹੜੇ ਰਿਫਿਊਜੀ ਨਹੀਂ ਬਣਨਾ ਚਾਹੁੰਦੇ ਜਾਂ LMI ਦੇ ਨਹੀਂ ਲੈਣੀਆਂ ਚਾਹੁੰਦੇ, ਉਹ ਸਟੱਡੀ ਪੂਰੀ ਹੋ ਗਈ, ਉਹਨਾਂ ਦੇ ਐਕਸਪੀਰੀਅੰਸ ਪੂਰੇ ਆ, ਉਹ ਬੇਨਤੀ ਕਰ ਰਹੇ ਆ ਕਿ ਸਾਨੂੰ ਜਿਹੜੀ ਐਕਸਟੈਂਸ਼ਨ ਦਿੱਤੀ ਜਾਵੇ 2 ਸਾਲ ਦੀ, ਤਾਂ ਕਿ ਅਸੀਂ PR ਦੀਆਂ ਫਾਈਲਾਂ ਜਿਹੜੀਆਂ ਸਾਡੀਆਂ ਚੱਲ ਰਹੀਆਂ ਉਹਦੇ ਲਈ ਸਾਨੂੰ ਸਮਾਂ ਮਿਲ ਸਕੇ, ਅਤੇ ਜਿਹੜਾ ਸਾਨੂੰ ਜਿਹੜਾ ਫੇਰ PR ਪਾਥਵੇ ਸੀ ਜਿਹੜੇ ਜਿੱਦਾਂ ਚੱਲਦੇ ਸੀਗੇ ਪਹਿਲਾਂ ਡਰਾਅ ਆਉਂਦੇ ਸੀਗੇ ਉਹ ਆਉਣ, ਅਤੇ ਜਿਹੜੇ ਨਵੇਂ ਡਰਾਅ ਆ ਉਹ ਕੱਢੇ ਜਾਣ, ਅਤੇ ਜਿਹੜੇ ਸਟੂਡੈਂਟ ਪੜ੍ਹ ਵੀ ਰਹੇ ਆ ਉਹਨਾਂ ਨੂੰ ਵੀ ਜਿਹੜਾ 5-5 ਸਾਲ ਦਾ ਵਰਕ ਪਰਮਿਟ ਦਿੱਤਾ ਜਾਵੇ, ਅਤੇ LMIA ਦੇ ਨਾਂ ਦੇ ਉੱਤੇ ਉਹਦੀ ਲੁੱਟ ਬੰਦ ਕੀਤੀ ਜਾਵੇ। ਇਹਨਾਂ 4 ਡਿਮਾਂਡਾਂ ਨੂੰ ਲੈ ਕੇ ਜਿਹੜਾ ਅਸੀਂ ਪਿਛਲਾ ਧਰਨਾ ਚਲਾ ਰਹੇ ਹਾਂ। ਮੈਂ ਆਇਆ ਜੀ ਇੱਥੇ ਅੱਜ ਇੰਡੀਆ ਤੋਂ ਸਪੈਸ਼ਲ 5 ਘੰਟਿਆਂ ਵਾਸਤੇ, ਅਤੇ ਮੈਂ ਤਾਂ ਕੋਸ਼ਿਸ਼ ਅਤੇ ਉਮੀਦ ਹੀ ਕਰ ਸਕਦਾ, ਤੁਹਾਨੂੰ ਰਿਕੁਐਸਟ ਕਰ ਸਕਦਾ ਸਾਰਿਆਂ ਨੂੰ, ਕਿਉਂਕਿ ਕਹਿੰਦੇ ਰਿਕੁਐਸਟ ਕਈ ਵਾਰ ਪ੍ਰਵਾਨ ਹੋ ਜਾਂਦੀ ਆ, ਤੁਸੀਂ ਜਿਹੜੇ ਇੱਥੇ ਰਹਿੰਦੇ ਹੋ ਜਾਂ ਤੁਸੀਂ ਕਿਸੇ ਵੀ ਤਰੀਕੇ ਨਾਲ ਇਹਨਾਂ ਦੀ ਹੈਲਪ ਕਰ ਸਕਦੇ ਹੋ ਜਾਂ ਤੁਹਾਡੀ ਕੋਈ ਕਿਤੇ ਸੁਣਵਾਈ ਆ ਜਾਂ ਜਿਹਦੇ ਥਰੂ ਤੁਸੀਂ ਇਹਨਾਂ ਦਾ ਸੁਨੇਹਾ ਸਰਕਾਰ ਤੱਕ ਜਾਂ ਜਿਹੜੇ ਓਫੀਸ਼ੀਅਲਸ ਨੇ ਉਹਨਾਂ ਤੱਕ ਪਹੁੰਚਾ ਸਕਦੇ ਹੋ, ਤਾਂ ਜ਼ਰੂਰ ਇੱਥੇ ਆਓ, ਕਿਉਂਕਿ ਅੱਜ ਇਹ ਭਰਾ ਇੱਥੇ ਬੈਠੇ ਨੇ, ਕੱਲ੍ਹ ਨੂੰ ਸਾਡਿਆਂ 'ਚੋਂ ਹੋਰ ਕੋਈ ਵੀ ਆ ਕੇ ਬਹਿ ਸਕਦਾ ਵਾ, ਕਿਉਂਕਿ ਘਰ ਦੇ ਹਾਲਾਤ ਸਾਰਿਆਂ ਨੇ ਚੇਂਜ ਕਰਨੇ ਨੇ, ਮਿਹਨਤ ਸਾਰੇ ਕਰ ਰਹੇ ਨੇ, ਤਾਂ ਜ਼ਰੂਰ ਇੱਥੇ ਆਓ, ਕਿਉਂਕਿ ਅੱਜ ਇਹ ਭਰਾ ਇੱਥੇ ਬੈਠੇ ਨੇ, ਕੱਲ੍ਹ ਨੂੰ ਸਾਡਿਆਂ 'ਚੋਂ ਹੋਰ ਕੋਈ ਵੀ ਆ ਕੇ ਬਹਿ ਸਕਦਾ ਵਾ, ਕਿਉਂਕਿ ਘਰ ਦੇ ਹਾਲਾਤ ਸਾਰਿਆਂ ਨੇ ਚੇਂਜ ਕਰਨੇ ਨੇ, ਮਿਹਨਤ ਸਾਰੇ ਕਰ ਰਹੇ ਨੇ। 1,30,000 ਬੰਦੇ ਦਾ ਵਰਕ ਪਰਮਿਟ ਆ ਜਿਹੜਾ ਕੈਨੇਡਾ ਦੇ ਵਿੱਚ ਐਕਸਪਾਇਰ ਹੋ ਰਿਹਾ ਆ, ਅਤੇ ਉਹ ਬੰਦੇ ਰਿਫਿਊਜੀ ਬਣ ਰਹੇ ਆ, ਉਹ ਡੌਂਕੀਆਂ ਲਾਉਣ ਲਈ ਮਜਬੂਰ ਵਾ, ਉਹ ਡਿਪਰੈਸ਼ਨ ਦੇ ਵਿੱਚ ਵਾ, ਉਹ ਮਰ ਰਹੇ ਆ। ਅਸੀਂ ਉਹਨਾਂ ਨੂੰ ਉਹ ਬੰਦੇ ਜਿਹੜੇ ਰਿਫਿਊਜੀ ਨਹੀਂ ਬਣਨਾ ਚਾਹੁੰਦੇ ਜਾਂ LMI ਦੇ ਨਹੀਂ ਲੈਣੀਆਂ ਚਾਹੁੰਦੇ, ਉਹ ਸਟੱਡੀ ਪੂਰੀ ਹੋ ਗਈ, ਉਹਨਾਂ ਦੇ ਐਕਸਪੀਰੀਅੰਸ ਪੂਰੇ ਆ, ਉਹ ਬੇਨਤੀ ਕਰ ਰਹੇ ਆ ਕਿ ਸਾਨੂੰ ਜਿਹੜੀ ਐਕਸਟੈਂਸ਼ਨ ਦਿੱਤੀ ਜਾਵੇ 2 ਸਾਲ ਦੀ, ਤਾਂ ਕਿ ਅਸੀਂ PR ਦੀਆਂ ਫਾਈਲਾਂ ਜਿਹੜੀਆਂ ਸਾਡੀਆਂ ਚੱਲ ਰਹੀਆਂ ਉਹਦੇ ਲਈ ਸਾਨੂੰ ਸਮਾਂ ਮਿਲ ਸਕੇ, ਅਤੇ ਜਿਹੜਾ ਸਾਨੂੰ ਜਿਹੜਾ ਫੇਰ PR ਪਾਥਵੇ ਸੀ ਜਿਹੜੇ ਜਿੱਦਾਂ ਚੱਲਦੇ ਸੀਗੇ ਪਹਿਲਾਂ ਡਰਾਅ ਆਉਂਦੇ ਸੀਗੇ ਉਹ ਆਉਣ, ਅਤੇ ਜਿਹੜੇ ਨਵੇਂ ਡਰਾਅ ਆ ਉਹ ਕੱਢੇ ਜਾਣ, ਅਤੇ ਜਿਹੜੇ ਸਟੂਡੈਂਟ ਪੜ੍ਹ ਵੀ ਰਹੇ ਆ ਉਹਨਾਂ ਨੂੰ ਵੀ ਜਿਹੜਾ 5-5 ਸਾਲ ਦਾ ਵਰਕ ਪਰਮਿਟ ਦਿੱਤਾ ਜਾਵੇ, ਅਤੇ LMI ਦੇ ਨਾਂ ਦੇ ਉੱਤੇ ਉਹਦੀ ਲੁੱਟ ਬੰਦ ਕੀਤੀ ਜਾਵੇ। ਇਹਨਾਂ 4 ਡਿਮਾਂਡਾਂ ਨੂੰ ਲੈ ਕੇ ਜਿਹੜਾ ਅਸੀਂ ਪਿਛਲਾ ਧਰਨਾ ਚਲਾ ਰਹੇ ਹਾਂ। ਮੈਂ ਆਇਆ ਜੀ ਇੱਥੇ ਅੱਜ ਇੰਡੀਆ ਤੋਂ ਸਪੈਸ਼ਲ 5 ਘੰਟਿਆਂ ਵਾਸਤੇ, ਅਤੇ ਮੈਂ ਤਾਂ ਕੋਸ਼ਿਸ਼ ਅਤੇ ਉਮੀਦ ਹੀ ਕਰ ਸਕਦਾ, ਤੁਹਾਨੂੰ ਰਿਕੁਐਸਟ ਕਰ ਸਕਦਾ ਸਾਰਿਆਂ ਨੂੰ, ਕਿਉਂਕਿ ਕਹਿੰਦੇ ਰਿਕੁਐਸਟ ਕਈ ਵਾਰ ਪ੍ਰਵਾਨ ਹੋ ਜਾਂਦੀ ਆ,
ਤੁਸੀਂ ਜਿਹੜੇ ਇੱਥੇ ਰਹਿੰਦੇ ਹੋ ਜਾਂ ਤੁਸੀਂ ਕਿਸੇ ਵੀ ਤਰੀਕੇ ਨਾਲ ਇਹਨਾਂ ਦੀ ਹੈਲਪ ਕਰ ਸਕਦੇ ਹੋ ਜਾਂ ਤੁਹਾਡੀ ਕੋਈ ਕਿਤੇ ਸੁਣਵਾਈ ਆ ਜਾਂ ਜਿਹਦੇ ਥਰੂ ਤੁਸੀਂ ਇਹਨਾਂ ਦਾ ਸੁਨੇਹਾ ਸਰਕਾਰ ਤੱਕ ਜਾਂ ਜਿਹੜੇ ਓਫੀਸ਼ੀਅਲਸ ਨੇ ਉਹਨਾਂ ਤੱਕ ਪਹੁੰਚਾ ਸਕਦੇ ਹੋ ਤਾਂ ਜ਼ਰੂਰ ਇੱਥੇ ਆਓ, ਕਿਉਂਕਿ ਅੱਜ ਇਹ ਭਰਾ ਇੱਥੇ ਬੈਠੇ ਨੇ, ਕੱਲ੍ਹ ਨੂੰ ਸਾਡਿਆਂ 'ਚੋਂ ਹੋਰ ਕੋਈ ਵੀ ਆ ਕੇ ਬਹਿ ਸਕਦਾ ਵਾ, ਕਿਉਂਕਿ ਘਰ ਦੇ ਹਾਲਾਤ ਸਾਰਿਆਂ ਨੇ ਚੇਂਜ ਕਰਨੇ ਨੇ, ਮਿਹਨਤ ਸਾਰੇ ਕਰ ਰਹੇ ਨੇ।